ਡੀਐਸਪੀ ਦਲਪ੍ਰੀਤ ਸਿੰਘ ਸ਼ੇਰਗਿੱਲ ਹੈ ਮੇਰਾ ਬ੍ਰਦਰ, ਉਹਦੀ ਡੈਥ ਇੱਕ ਡੈਥ ਨਹੀਂ ਹੈ, ਇਟਸ ਅ ਮਰਡਰ। ਇਟਸ ਅ ਕਿਲਿੰਗ ਬਾਏ ਹਰਕੀਰਤ ਕੌਰ ਢਿੱਲੋਂ, ਉਹਦੀ ਵਾਈਫ। ਉਹਦੇ ਵਿੱਚ ਵੋਟ ਮੈਂ ਅਬਜ਼ਰਵ ਕੀਤਾ ਸੀਗਾ ਵੀ ਉਹਦਾ ਬਿਹੇਵੀਅਰ ਮੇਰੇ ਬ੍ਰਦਰ ਲਈ ਇੰਨਾ ਕਰੂਅਲ, ਇੰਨਾ ਮੈਂਟਲੀ ਉਹਨੂੰ ਟੋਰਚਰ ਕਰਦੀ ਸੀ। ਐਟ ਵਨ ਪੁਆਇੰਟ ਉਹਨੇ ਸੁਸਾਈਡਲ ਹੋ ਗਿਆ ਸੀਗਾ। ਹੁਣ ਮੈਨੂੰ ਲਾਸਟ ਟਾਈਮ ਜਦੋਂ ਲਾਸਟ ਫੋਨ ਕੀਤਾ 18 ਤਰੀਕ ਨੂੰ ਮੇਰੇ ਜਦੋਂ ਘਰੋਂ ਤੁਰਿਆ ਉਦੋਂ ਫੋਨ 'ਤੇ ਗੱਲ ਹੁੰਦੀ ਰਹੀ ਆ, ਮੈਂ ਗੱਲ ਕਰਦਾ ਗਿਆ। ਮੈਂ ਵੀ ਬਲੱਡ ਪ੍ਰੈਸ਼ਰ ਸੀਗਾ, ਮੈਂ ਲੇਟ ਨਾਈਟ ਤੱਕ ਜਾਗਦੀ ਰਹਿੰਦੀ ਸੀ। ਜਦੋਂ ਪਹੁੰਚਿਆ ਮੈਂ, ਮੈਨੂੰ ਲੱਗਦਾ ਬੇਟਾ ਤੂੰ ਪਹੁੰਚ ਗਿਆ, ਕਹਿੰਦਾ ਹਾਂ ਮਾਮਾ ਮੈਂ ਪਹੁੰਚ ਗਿਆ। ਮੈਂ ਚੱਲ ਠੀਕ ਹੈ, ਚਲੋ ਆਪਣਾ ਕੰਮ ਕਰੋ। ਇੰਨੀ ਗੱਲ ਹੋਈ ਆ ਫੋਨ ਦੇ ਉੱਤੇ ਜਾਂਦਾ ਜਾਂਦਾ, ਬਸ ਕੀ ਹਾਲ ਹੈ ਤੁਹਾਡਾ, ਆਪਣੇ ਸਿਹਤ ਦਾ ਧਿਆਨ ਰੱਖੋ। ਮੈਮ ਇੱਕ ਮਾਂ ਤੋਂ ਆਪਣੇ ਪੁੱਤ ਦਾ ਦੁੱਖ ਕਦੀ ਲੁਕਦਾ ਨਹੀਂ ਹੈ, ਕਿਹਾ ਜਾਂਦਾ। ਤੁਹਾਨੂੰ ਕੁਛ ਆਈਡੀਆ ਲੱਗਿਆ ਕਦੀ ਕੁਛ ਐਸਾ ਉਹਨਾਂ ਦੀ ਗੱਲਾਂ 'ਚ? ਗੱਲਾਂ 'ਚ ਪਤਾ ਸੀਗਾ, ਉਹਨੇ ਆਪ ਦੱਸਿਆ ਸੀਗਾ, US ਮਹੀਨਾ ਲੈ ਕੇ ਆਇਆ, ਪਿਛਲੇ ਸਾਲ ਮਹੀਨਾ ਰਹਿ ਕੇ ਆਇਆ ਸਾਡੇ ਕੋਲ। ਬਸ ਕਹਿੰਦਾ ਮੈਂ ਬਹੁਤ ਦੁਖੀ ਹਾਂ। ਫਿਰ ਉਹਨੂੰ ਬੱਚੀ ਦਾ ਹੋਇਆ, ਕਹਿੰਦਾ ਇਹਨੇ ਨੋਰਮਲ ਡਾਕਟਰਾਂ ਦੇ ਲਈ ਜਾਂਦੀ ਹੈ, ਮੈਂ ਇਹਦਾ ਦਿੱਲੀ ਜਾ ਕੇ ਆਪਰੇਸ਼ਨ ਸਰਜਰੀ ਕਰਾਉਣੀ ਆ, ਹਾਰਟ ਦੀ ਇਹਨੂੰ ਪ੍ਰੋਬਲਮ ਆ। ਅਸੀਂ ਕਿਹਾ ਠੀਕ ਹੈ ਭਾਈ ਕਰਵਾ ਲਓ, ਬੱਚੀ ਵਾਸਤੇ ਸਾਨੂੰ ਸੈਟਿਸਫਾਈ ਥੋੜ੍ਹਾ ਜਿਹਾ ਕਰਨਾ ਪਿਆ। ਕਹਿੰਦਾ ਸੀ, ਕਹਿੰਦਾ ਜਿੱਦਣ ਠੀਕ ਹੋ ਗਈ ਡਾਕਟਰ ਨੇ ਫਿੱਟ ਕਿਹਾ ਤਾਂ ਮੈਂ ਇਹਨੇ ਚਲੀ ਜਾਣਾ ਸਾਡਾ ਕੰਟੈਕਟ। ਇਨਸਾਫ ਚਾਹੁੰਦੇ ਹਾਂ, ਸਾਨੂੰ ਇਨਸਾਫ ਚਾਹੀਦਾ ਬਸ। ਮਾਂ ਭੈਣਾਂ ਹੋਰ ਕੀ ਜਾਣਗੀਆਂ, ਮਾਂ ਦਾ ਪੁੱਤ ਗਿਆ ਨੈਚੁਰਲੀ, ਤੁਹਾਨੂੰ ਪਤਾ ਹੀ ਆ ਕਿ ਮੇਰੇ ਸਾਡੀਆਂ ਤਾਂ ਅੰਦਰਾਂ ਲੈ ਗਿਆ। ਮੇਰੇ ਤਾਂ ਸਭ ਲੈ ਗਿਆ। ਇਹ ਐਕਚੁਅਲੀ ਸਰ ਮੈਟਰ ਹੈ ਕਿ ਦੇ ਆਰ ਸਮ ਕੁਛ ਅਨਡਿਸਕਲੋਜ਼ਡ ਫੈਕਟਸ ਨੇ ਜਿਹੜੇ ਸਾਰਿਆਂ ਨੂੰ ਪਤਾ ਨਹੀਂ ਹੈ, ਕਿਉਂਕਿ ਉਹ ਬੜਾ ਫੈਮਲੀ 'ਚ ਡਿਸਕ੍ਰੀਟ ਸੀਗਾ, ਬਟ ਮੇਰੇ ਨਾਲ ਬਹੁਤ ਕਲੋਜ਼ ਸੀਗਾ। ਸੋ ਮੈਂ ਸਾਰੇ ਫੈਕਟਸ ਉਹ ਅੱਜ ਲੇਆਊਟ ਕਰ ਰਹੀ ਹਾਂ, ਬਿਕੋਜ਼ ਸਾਨੂੰ ਜਿਹੜਾ ਲੱਗਦਾ ਕਿ DSP ਦਲਪ੍ਰੀਤ ਸਿੰਘ ਸ਼ੇਰਗਿੱਲ ਹੈ ਮੇਰਾ ਬ੍ਰਦਰ, ਉਹਦੀ ਡੈਥ ਇੱਕ ਡੈਥ ਨਹੀਂ ਹੈ, ਇਟਸ ਅ ਮਰਡਰ। ਇਟਸ ਅ ਕਿਲਿੰਗ ਬਾਏ ਹਰਕੀਰਤ ਕੌਰ ਢਿੱਲੋਂ, ਉਹਦੀ ਵਾਈਫ। ਸਾਡੇ ਕੋਲ ਸਾਰੇ ਪਰੂਫ ਹੈਗੇ ਆ, ਇਟਸ ਅ ਵੈਰੀ ਵੈਰੀ ਮੈਟੀਕੁਲਸਲੀ ਉਹਨੇ ਕਿਲ ਕੀਤਾ। ਸਾਨੂੰ ਵੀ ਗੋਇੰਗ ਟੂ ਗੋ ਟੂ ਅ ਡੀਪ, ਅਸੀਂ ਲੀਗਲ ਬੈਟਲ ਸਟਾਰਟ ਕਰ ਰਹੇ ਹਾਂ। ਸਾਡੀ ਇਟ ਮੇ ਬੀ ਡਿਲੇਡ, ਬਟ ਵੀ ਵਿਲ ਡੈਫੀਨਿਟਲੀ ਗੈਟ ਦ ਜਸਟਿਸ। ਮੈਮ ਕਿਸ ਬਿਹਾਫ 'ਤੇ ਕਹਿ ਰਹੇ ਹੋ ਕਿ ਉਹਨਾਂ ਨੇ ਮਰਡਰ ਕੀਤਾ? ਕਿਉਂਕਿ ਨਾ ਤਾਂ ਉਹ ਉਸ ਵੇਲੇ ਉੱਥੇ ਮੌਜੂਦ ਸੀਗੇ ਜਿਸ ਵੇਲੇ ਉਹਨਾਂ ਨੂੰ ਹਾਰਟ ਅਟੈਕ ਹੋਇਆ, ਕਿਉਂਕਿ ਐਕਸਰਸਾਈਜ਼ ਕਰਦੇ ਹੋਏ ਉਹਨਾਂ ਨੂੰ ਹਾਰਟ ਅਟੈਕ ਹੋਇਆ। ਇਹ ਕਿੱਦਾਂ ਕਿ ਮਰਡਰ ਤੁਸੀਂ ਕਿਸ ਬਿਹਾਫ 'ਤੇ ਕਹਿ ਰਹੇ ਹੋ? ਯੈਸ ਸਰ, ਮਰਡਰ ਦਾ ਮੋਟਿਵ ਹੁੰਦਾ ਇੱਕ, ਰਾਈਟ? ਇੱਕ ਮੋਟਿਵ ਹੁੰਦਾ 2019 ਤੋਂ ਲੈ ਕੇ, ਮੇਰੇ ਬ੍ਰਦਰ ਦੀ ਮੈਰਿਜ 2017 'ਚ ਹੋਈ ਸੀ ਹਰਕੀਰਤ ਢਿੱਲੋਂ ਨਾਲ। 2018 ਦੇ ਵਿੱਚ ਇਸ ਫੈਮਲੀ 'ਚ ਉਹ ਰਹਿ ਰਹੇ ਸੀਗੇ, ਪਰ ਉਹਨੂੰ ਇਸ ਘਰ 'ਚੋਂ ਕੱਢ ਕੇ ਲੈ ਗਏ ਸੀ, ਦੇ ਕਾਰ ਸੈਪਰੇਟਡ। ਲੜਨ ਦੌੜ ਕੇ ਕਲੇਸ਼ ਕਰਕੇ ਉਹ ਚਲੇ ਗਈ ਸੀ ਇੱਥੋਂ। 6 ਮਹੀਨੇ ਉਹ ਅੱਡ ਰਹੀ,
6 ਮਹੀਨੇ ਬਾਅਦ ਉਹ ਆਈ ਇਸ ਕੰਡੀਸ਼ਨ 'ਤੇ, ਮੈਂ ਇਸ ਘਰ 'ਚ ਨਹੀਂ ਰਹਿਣਾ। ਉਹਨੂੰ ਉਹ ਕੁਆਟਰ 'ਚ ਲੈ ਗਈ ਪੁਲਿਸ ਲਾਈਨ, ਉਸ ਪੁਲਿਸ ਲਾਈਨ ਕੁਆਟਰ ਦੇ ਵਿੱਚ ਰਹੀ ਸੀ। 2019 ਮੇਰਾ ਫਸਟ ਟਾਈਮ ਸੀ ਜਦੋਂ ਮੈਂ ਹਰਕੀਰਤ ਢਿੱਲੋਂ ਨੂੰ ਮਿਲੀ ਸੀਗੀ ਫੋਰ ਫਿਊ ਡੇਜ਼, ਠੀਕ ਹੈ। ਉਹਦੇ ਵਿੱਚ ਵਟ ਮੈਂ ਅਬਜ਼ਰਵ ਕੀਤਾ ਸੀਗਾ ਵੀ ਉਹਦਾ ਬਿਹੇਵੀਅਰ ਮੇਰੇ ਬ੍ਰਦਰ ਲਈ ਇੰਨਾ ਕਰੂਅਲ, ਇੰਨਾ ਮੈਂਟਲੀ ਉਹਨੂੰ ਟੋਰਚਰ ਕਰਦੀ ਸੀ। ਐਟ ਵਨ ਪੁਆਇੰਟ ਉਹਨੇ ਸੁਸਾਈਡਲ ਹੋ ਗਿਆ ਸੀਗਾ। ਫੋਰਚੁਨੇਟਲੀ ਮੈਂ ਉੱਥੇ ਸੀਗੀ ਅਤੇ ਰੋਕਿਆ ਗਿਆ ਇਹਨੂੰ, ਪਰ ਜੇ ਨਾ ਹੁੰਦੀ ਦੈਨ ਫਿਰ ਕੀ ਹੁੰਦਾ। ਉਸ ਤੋਂ ਬਾਅਦ 2020 'ਚ ਮੈਂ ਆਈ, ਉਸ ਤੋਂ ਬਾਅਦ 2020 'ਚ ਮੈਂ ਜਦੋਂ ਆਉਣਾ ਮੈਂ ਹਯਾਤ ਰਹਿੰਦੀ ਸੀ, ਇਹਨਾਂ ਕੋਲ ਰਹਿਣ ਵਾਲੇ ਕੋਈ ਹੈ ਹੀ ਨਹੀਂ ਸੀ ਸਰਕਮਸਟਾਂਸ ਵੀ ਅਸੀਂ ਉੱਥੇ ਰਹਿ ਸਕੀਏ, ਬਿਕੋਜ਼ ਨਾ ਤਾਂ ਅਸੀਂ ਵੈਲਕਮ ਸੀਗੇ। ਮੈਂ ਹੀ ਆਉਂਦੀ ਸੀ, ਮੇਰੇ ਪੇਰੈਂਟਸ ਮੇਰੀ ਸਿਸਟਰ ਅਸੀਂ 20-25 ਸਾਲ ਤੋਂ USA ਸੈਟਲ ਹਾਂ, ਅਸੀਂ ਤਾਂ ਆਏ ਸਿਰਫ ਉਹਦੀ ਮੈਰਿਜ 'ਤੇ ਸੀ, ਨੈਕਸਟ ਡੇ ਚਲੇ ਗਏ ਸੀ ਅਸੀਂ ਵਾਪਸ। 2020 'ਚ ਵੀ ਸੇਮ ਬਿਹੇਵੀਅਰ ਸੀਗਾ ਕਰੂਲ, ਅਸੀਂ ਹਾਇਰਡ ਰਹੇ 4 ਦਿਨ। ਉਹ ਕਹਿੰਦਾ ਮੈਂ ਮੈਂਟਲੀ ਬਹੁਤ ਦੁਖੀ ਕਰਦੀ, ਮੈਨੂੰ ਕਲੇਸ਼ ਹੈ। ਮੈਂ ਕਿਹਾ ਵੀ ਤੂੰ ਕਰਦਾ ਕਿਉਂ ਨਹੀਂ ਕੁਛ? ਕਹਿੰਦਾ ਮੈਂ ਸੁਸਾਇਟੀ ਉਹ ਚਿਰਨਾ ਜਿੱਥੇ ਆਈ ਕੈਂਟ। 2021 'ਚ ਮੈਂ ਆਈ, ਸੇਮ ਬਿਹੇਵੀਅਰ। 23 'ਚ ਮੈਂ ਆਈ ਇਨ ਮੇਜ 'ਚ ਮੈਂ ਆਈ, ਅਸੀਂ ਮਿਲੇ। ਮੈਨੂੰ ਕਹਿੰਦਾ ਤੁਸੀਂ ਮੇਰੇ ਕੋਲ ਨਾ, ਮੇਰੇ ਹਸਬੈਂਡ, ਮੈਂ, ਮੇਰੇ ਮਦਰ ਇਨ ਲਾਅ, ਕਹਿੰਦਾ ਮੇਰੇ ਕੋਲ ਤੁਸੀਂ ਪੈ ਜਾਓਗੇ ਥੋੜ੍ਹੀ ਦੇਰ। ਮੈਂ ਕਿਹਾ ਕੀ ਹੋਇਆ ਵੀਰੇ? ਕਹਿੰਦਾ ਤੁਸੀਂ ਮੇਰੇ ਬੈਡਰੂਮ 'ਚ ਰਹਿ ਜਾਓ, ਮੈਂ ਤੁਹਾਡੇ ਨਾਲ ਮੰਜਾ ਲਾ ਕੇ ਬਹਿ ਜਾਂਦਾ। ਮੈਂ ਕਿਹਾ ਕਿਉਂ? ਕਹਿੰਦਾ ਇਹ ਇੰਨਾ ਕਲੇਸ਼ ਕਰਦੀ ਹੈ, ਮੈਂ 5 ਰਾਤਾਂ ਦਾ ਸੁੱਤਾ ਨਹੀਂ ਹਾਂ, ਇੰਨਾ ਉਹਨੂੰ ਮੈਂਟਲ ਟੋਰਚਰ ਕਰਦੀ ਸੀ ਉਹ 5 ਰਾਤਾਂ ਸੁੱਤਾ। ਬੈੱਡ ਤੱਕ ਪੂਰਾ ਖੋ ਲਿਆ ਉਹਨੇ ਮੇਰੇ ਅੱਖਾਂ ਅੱਗੇ, ਕੱਪੜੇ ਤੱਕ ਇਹਨੇ ਮੇਰੇ ਲਵਾ ਲਏ, ਮੇਰੇ ਭਰਾ ਦੇ ਮੇਰੇ ਅੱਖਾਂ ਅੱਗੇ। ਕਲੇਸ਼ ਦੀ ਕੋਈ ਕਲੇਸ਼ ਦੀ ਵਜ੍ਹਾ ਬਸ ਇਹੀ ਕੰਟਰੋਲ, ਸਾਰਾ ਟਾਈਮ ਕਲੇਸ਼ ਕਰਨਾ। ਜਦੋਂ ਵੀ ਉਹਨੇ ਕਹਿਣਾ ਮੈਂ ਜਾਣਾ, ਤੂੰ ਕਿੱਥੇ ਚੱਲਣਾ, ਤੂੰ ਕਿਉਂ ਚੱਲਣਾ, ਬੇਕਾਰ ਦਾ ਉਹਦਾ ਕਰੈਕਟਰ ਅਸੈਸੀਨੇਸ਼ਨ ਕਰਦੀ ਸੀ। ਉਹ ਕਿਤੇ ਨਹੀਂ ਸੀ ਜਾਂਦਾ, ਸਿਰਫ ਕੰਮ 'ਤੇ ਜਾਂਦਾ ਸੀ। ਮੈਂ ਗਨਮੈਨ ਨੂੰ ਪੁੱਛਿਆ, ਮੈਂ ਮੇਰੇ ਭਰਾ 'ਚ ਕੋਈ ਗਲਤੀ ਹੈਗੀ ਤਾਂ ਦੱਸੋ। ਕਹਿੰਦੇ ਨਹੀਂ ਸਰ, ਬਹੁਤ ਨਾਈਸ ਹੈ, ਬਹੁਤ ਹੀ ਨਾਈਸ ਹੈ, ਬਹੁਤ ਹੀ ਫਰੈਂਡਲੀ ਹੈ, ਸਾਨੂੰ ਤਾਂ ਲੱਗਦਾ ਨਹੀਂ ਉਹ DSP ਹੈ, ਇੰਨਾ ਡਾਊਨ ਟੂ ਅਰਥ ਹੈ, ਮੈਡਮ 'ਚ ਹੀ ਪ੍ਰੋਬਲਮ ਹੈ। 2023 ਸਰ, ਮੈਂ ਉਹਨੂੰ ਮਿਲ ਕੇ ਆਪਦੇ ਪਿੰਡ ਚਲੀ ਗਈ। ਪਿੰਡ ਤੋਂ ਆਈ, ਮੈਨੂੰ 7 ਵਜੇ ਸਵੇਰੇ ਫੋਨ ਆਇਆ, ਤੂੰ ਜਲਦੀ ਵਾਪਸ ਆ, ਅਸੀਂ ਕਮਿਸ਼ਨਰ ਪੁਲਿਸ ਨੂੰ ਮਿਲਣਾ। ਮੈਂ ਕਿਹਾ ਕੀ ਹੋਇਆ? ਮੈਂ ਕਹਿੰਦਾ ਮੈਨੂੰ ਇਹਨੇ ਇੰਨਾ ਮੈਂਟਲ ਟੋਰਚਰ ਕੀਤਾ, ਮੇਰੇ ਤੋਂ ਸਿਆਹ ਨਹੀਂ ਜਾਂਦਾ ਹੁਣ। ਉਹ CP ਆਫਿਸ ਗਏ, ਮਨਦੀਪ ਸਿੰਘ ਸਿੱਧੂ ਨੂੰ ਮਿਲੇ। 45 ਮਿੰਟਸ ਮੈਂ ਮਨਦੀਪ ਸਿੰਘ ਸਿੱਧੂ ਸਰ ਨਾਲ ਗੱਲ ਕੀਤੀ, ਉਹਨਾਂ ਨੇ ਪੂਰੀ ਸਪੋਰਟ ਕੀਤੀ, ਮੇਰੀ ਕੰਪਲੇਂਟ ਕੀਤੀ ਇਨ ਰਾਈਡਿੰਗ ਕਿ ਇਹ ਕਿਵੇਂ ਕਿਵੇਂ ਉਹਨੂੰ ਕੀ ਕਰਦੀ ਆ, ਇਹਨੇ ਕੀ ਕਿਹਾ। ਇੱਕ ਮਰਡਰ ਦਾ ਮੋਟਿਵ ਹੁੰਦਾ ਕਿ ਤੈਨੂੰ ਬੈਨੀਫਿਟ ਕੀ ਹੈ ਮਰਡਰ ਤੋਂ। ਮੈਂ ਦੱਸਦੀ ਹਾਂ ਕੀ ਬੈਨੀਫਿਟ ਆ, ਉਹਦੀ ਜੋਬ, ਇਹਨੇ ਮੂੰਹੋਂ ਕਿਹਾ ਸੀਗਾ, ਐਂਡ ਇਟਸ ਔਨ ਮਾਈ ਕੰਪਲੇਂਟ ਵੀ ਤੂੰ ਮਰਦਾ ਨਹੀਂ, ਤੇਰੀ ਪੈਨਸ਼ਨ ਅਤੇ ਜੋਬ ਹੀ ਮੈਨੂੰ ਲੱਗ ਜੇ। ਸੋ ਦਿਸ ਇਜ਼ ਦਾ ਮੋਟਿਵ ਆਫ ਮਰਡਰ। ਮਤਲਬ ਕਿ ਉਹ ਜਿਹੜੀ ਇਹਨਾਂ ਨੂੰ ਸੈਲਰੀ ਮਿਲਦੀ ਸੀ, ਯੈਸ, ਉਹ ਇਹਨਾਂ ਨੂੰ ਉਹ ਆਪਣੀ ਵਾਈਫ ਨੂੰ ਹੀ ਦਿੰਦੇ ਸੀ, ਉਹ ਆਪਣੇ ਤੱਕ ਹੀ ਸੀਮਿਤ ਰੱਖਦੇ? ਨੋ ਸਰ, ਉਹ ਟੇਕ ਕੇਅਰ ਕਰਦਾ ਸੀ ਬੱਚੀ ਦੀ ਵੀ, ਇਹਨੂੰ ਵੀ ਪੂਰੀ ਫੈਸਿਲਿਟੀਜ਼ ਦੇ ਰਹੀ ਸੀ। ਇਹ ਘਰੇ ਕੁਛ ਨਹੀਂ ਸੀ ਕਰਦੀ, ਦੇਰ ਵਾਜ਼ ਅ ਬੇਬੀ ਸਿਟਰ, ਕਲੀਨਰ, ਡਰਾਈਵਰ, ਗਨਮੈਨ, ਸਾਰਾ ਕੁਛ ਇਹਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰ ਰਿਹਾ ਸੀਗਾ। ਓਨਲੀ ਰੀਜ਼ਨ ਸੀ ਕਿ ਮੈਨੂੰ ਸ਼ੀ ਵਾਜ਼ ਨੈਵਰ ਸੈਟਿਸਫਾਈਡ। ਕੁਛ ਹੁਣ ਤੁਸੀਂ ਕਹੋਗੇ ਵੀ ਤੁਸੀਂ ਉਹਦਾ ਮੋਟਿਵ ਕੀ ਸੀਗਾ, ਕਿਉਂ ਉਹਨੇ ਕਿਲ ਕੀਤਾ, ਮੋਟਿਵ ਇਜ਼ ਦੇਅਰ, ਲੁੱਕ ਐਟ ਦ ਡਿਪਾਰਟਮੈਂਟ। ਮੈਂ ਸਿਰਫ ਸਰ SP ਭੁੱਲਰ ਸਰ ਨੂੰ ਉਦਣ ਕਿਹਾ ਸੀਗਾ ਵੀ ਸਾਨੂੰ ਤੁਹਾਨੂੰ ਇਨਵੈਸਟੀਗੇਸ਼ਨ ਤਾਂ ਸਟਾਰਟ ਕਰੋ,
why I'm concerned, main dass diyan. In US she has a record. Same pattern unne utthe kita, par unna da munda unna ne bacha liya kyunki family utthe naal si. Okay. Same exact pattern utthe hoya. ਇਹਦੇ ਅਗੇਂਸਟ ਉੱਥੇ ਕ੍ਰਿਮੀਨਲ ਰੈਕਰਡ ਹੈਗਾ ਯੂ ਐਸ ਦੇ ਵਿੱਚ ਕੈਲੀਫੋਰਨੀਆ 'ਚ ਜਿੱਥੇ ਪਹਿਲਾਂ ਇਹ ਵਿਆਹੀ ਸੀਗੀ। 6 ਸਾਲ ਦੀ ਮੈਰਿਜ ਦੇ ਵਿੱਚ ਉਹਨੇ ਮੇਰੇ ਭਰਾ ਨੂੰ ਇੰਨਾ ਟੋਰਚਰ ਕਰਤਾ ਈਵਨ ਉਹਨਾਂ ਨੇ ਵੀ ਕਿਹਾ ਸੀਗਾ ਯੂ ਐਸ ਵਾਲੀ ਇਹਨਾਂ ਐਕਸ ਦੀ ਫੈਮਿਲੀ ਨੇ ਕਿਹਾ ਸੀਗਾ ਮੇਰੇ ਭਰਾ ਨੂੰ ਹੁਣ ਤੂੰ ਵਾਪਸ ਜਾਏਂਗਾ ਜਾਂ ਲੈ ਕੇ ਆਏਗਾ ਨਾ ਡਿਵੋਰਸ ਤੋਂ ਬਾਅਦ ਉਹਨੇ ਤੈਨੂੰ ਛੱਡਣਾ ਨਹੀਂ ਹੈ ਉਹ ਇਹੋ ਜਿਹੀ ਲੇਡੀ ਹੈ ਜਿਹਦੇ ਨਾਲ ਬੜੀ ਬੀਤੀ ਹੁੰਦੀ ਆ ਸਰ ਉਹਨੂੰ ਪਤਾ ਹੀ ਹੁੰਦਾ। ਉਸ ਤੋਂ ਬਾਅਦ ਇੱਕ ਚੀਜ਼ ਹੋਰ ਕਹਿ ਰਹੇ ਸੀ ਵੀ ਪਤਾ ਚੱਲਿਆ ਕਿ ਜਿਹੜਾ ਹਾਰਟ ਅਟੈਕ ਨਾਲ ਨਹੀਂ ਡੈਥ ਹੋਈ ਕੁਛ ਸਪਲੀਮੈਂਟ ਕੁਛ ਇੱਦਾਂ ਦੀ ਚੀਜ਼ ਦਿੱਤੀ ਗਈ ਹੈ। ਉਹ ਤਾਂ ਸਰ ਹੁਣ ਤੁਹਾਨੂੰ ਪੋਸਟਮਾਰਟਮ ਰਿਪੋਰਟ 'ਤੇ ਪਤਾ ਲੱਗ ਸਕਦਾ ਹੁਣ ਪੋਸਟਮਾਰਟਮ ਰਿਪੋਰਟ 45 minutes ਕਿਹੜਾ ਪੋਸਟਮਾਰਟਮ ਹੁੰਦਾ ਕਿ ਉਹ ਸਾਰਿਆਂ ਨੂੰ ਪਤਾ ਇਟ ਟੇਕਸ 3-4 ਘੰਟੇ ਦਾ ਪੋਸਟਮਾਰਟਮ ਹੁੰਦਾ। 45 minutes 'ਚ ਸਾਨੂੰ ਬੋਡੀ ਲਿਆ ਕੇ 2:15 ਪੋਸਟਮਾਰਟਮ ਸਟਾਰਟ ਕੀਤਾ ਮੈਂ ਕਿਹਾ 2:30 ਉਹਦੀ ਬੋਡੀ ਇੱਥੇ ਆ ਗਈ ਸੀਗੀ 12 ਵਜੇ ਕੀਤਾ ਇਸ ਤੋਂ ਬਾਅਦ ਹੁਣ ਪੋਸਟਮਾਰਟਮ ਦੇ ਵਿੱਚ ਕੀ ਹੈ ਐਵਰੇਜ ਹੈਲਥੀ ਬਾਡੀ ਆਫ ਅ ਗੁੱਡ ਹੈਲਥੀ ਪਰਸਨ ਕੀ ਮਿਲਿਆ ਉਹਨਾਂ ਨੂੰ 45 minutes 'ਚ ਕੱਟ ਕੇ ਮੇਰੇ ਭਰਾ ਨੂੰ ਦੇਖਿਆ ਬੰਦ ਕਰਤਾ ਸਿਉਂ ਕੇ ਸਾਨੂੰ ਫੜਾਤਾ ਜੇ ਇਹ ਪੋਸਟਮਾਰਟਮ ਹੈ ਆਈ ਡੋਂਟ ਥਿੰਕ ਆਈ ਐਮ ਓਨੈਸਟਲੀ ਟੈਲਿੰਗ ਯੂ ਮੈਂ ਅਗੇਨ ਆਮ ਸੇਇੰਗ ਇਨਵੈਸਟੀਗੇਸ਼ਨ ਕੀਤੀ ਜਾਵੇ 45 minutes 'ਚ ਕਿਹੜਾ ਪੋਸਟਮਾਰਟਮ ਹੋ ਜਾਂਦਾ ਮੈਂ ਆਪਦੀ ਸਰ ਇੱਥੇ ਆਈ ਹਾਂ ਇਸ ਤੋਂ ਪਹਿਲਾਂ ਵੀ ਮੈਨੂੰ ਫੋਨ ਆਏ ਹੈ ਜਿੱਥੇ ਮੈਨੂੰ ਨੋਟੀਫਾਈ ਕੀਤਾ ਗਿਆ ਮਾਈ ਰਿਸੋਰਸਿਸ ਦੇਵਾ ਨਾਮ ਦੀ ਕੋਈ ਲੇਡੀ ਹੈਗੀ ਹੈ ਦੁਗਰੀ ਉਹ ਹਰਕੀਰਤ ਨਾਲ ਬਹੁਤ ਫਰੈਂਡ ਹੈ ਉਹ ਇਹਨੂੰ ਕੁਛ ਦਿੰਦੀ ਹੈ ਇਹ ਖਾਣੇ 'ਚ ਉਹਨੂੰ ਪਾ ਕੇ ਖਵਾਉਂਦੀ ਹੈ ਇਹਨੇ ਉਹਨੂੰ ਸਲੋ ਪੋਇਜ਼ਨ ਹੀ ਕੀਤਾ ਉਹਦਾ ਰੀਜ਼ਨ ਮੈਂ ਦੱਸਦੀ ਹਾਂ ਡਿਵੋਰਸ ਦਾ ਮੋਰੀਨ ਦੀ ਸਰਜਰੀ ਹੋਈ ਸੀ ਨਵੰਬਰ ਦੇ ਵਿੱਚ ਮੋਰੀਨ ਦੀ ਸਰਜਰੀ ਤੋਂ ਬਾਅਦ ਉਹਨੇ ਮੈਨੂੰ ਕਿਹਾ ਸੀ 4 ਮਹੀਨੇ ਬਾਅਦ ਇਹਨੇ ਚਲੇ ਜਾਣਾ ਸਾਡਾ ਵਿੱਚ ਐਗਰੀਮੈਂਟ ਹੋਇਆ ਕਿਉਂਕਿ ਉਹਦੀ ਟੇਕ ਕੇਅਰ ਕਰਨੀ ਬਹੁਤ ਜ਼ਰੂਰੀ ਸੀ ਬੱਚੀ ਦੀ 3 ਮਹੀਨੇ ਬੀਤ ਗਏ ਸੀਗੇ ਇਟ ਵਾਜ਼ ਅਬਾਊਟ ਦਾ ਟਾਈਮ ਇਹਨਾਂ ਦੀ ਕੋਰਟ ਦੀ ਡਿਵੋਰਸ ਦੀ ਹੇਅਰਿੰਗ ਦੀ ਡੇਟ 4-4-2024 ਪਈ ਹੋਈ ਹੈ ਇਨ ਜਲੰਧਰ ਅਸੀਂ ਚਾਹੁੰਦੇ ਹਾਂ ਕਿ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਵੇ ਬਾਏ ਦਾ ਪੁਲਿਸ ਡਿਪਾਰਟਮੈਂਟ ਉਹਨੇ 31 ਸਾਲ ਪੰਜਾਬ ਪੁਲਿਸ ਨੂੰ ਸਰਵ ਕੀਤਾ ਇੱਕ ਇਨਵੈਸਟੀਗੇਸ਼ਨ ਤਾਂ ਬਣਦੀ ਹੈ ਨਾ ਇਟਸ ਆਲ ਸਰਕਮਸਟੈਂਸ਼ੀਅਲ ਪਰ ਸਰਕਮਸਟੈਂਸ਼ੀਅਲ ਐਵੀਡੈਂਸ ਦੇ ਬੇਸ 'ਤੇ ਇਨਵੈਸਟੀਗੇਸ਼ਨ ਸ਼ੁਰੂ ਹੋਣੀ ਚਾਹੀਦੀ ਹੈ ਇਹ ਤਾਂ ਸਰ ਦੇਖੋ ਹੁਣ ਪੁਲਿਸ ਕਿਉਂ ਨਹੀਂ ਕਰ ਰਹੀ ਯੂ ਨੀਡ ਟੂ ਫਾਈਂਡ ਆਊਟ ਦੈਟ ਉਹਨਾਂ ਬਾਰੇ ਤਾਂ ਮੈਂ ਜਵਾਬ ਉਹਨਾਂ ਦਾ ਨਹੀਂ ਦੇ ਸਕਦੀ ਕਿ ਉਹ ਕਿਉਂ ਨਹੀਂ ਕਰ ਰਹੇ ਪਰ ਸਾਨੂੰ ਪਿਛਲੇ 5-6 ਦਿਨ ਤੋਂ ਅਸੀਂ ਆਏ ਹਾਂ ਇੱਥੋਂ ਯੂ ਐਸ 'ਚ ਇੱਕ ਦਿਨ ਪੁਲਿਸ ਵਾਲੇ ਆਏ ਸੀਗੇ ਦੇ ਟੋਲਡ ਮੀ ਵੈਰੀ ਨਾਈਸਲੀ ਕਿ ਸਾਡਾ ਫਿਊਨਰਲ ਆਰਾਮ ਨਾਲ ਹੋ ਜਾਵੇ ਮੈਨੂੰ ਨਹੀਂ ਪਤਾ ਕੀ ਪ੍ਰੋਬਲਮ ਹੈ ਵੀ ਸਾਨੂੰ ਇਹ ਕਿਹਾ ਜਾ ਰਿਹਾ ਕਿ ਅਸੀਂ ਵੀ ਨੀਡ ਟੂ ਸਟੈਪ ਬੈਕ ਹੈ ਨਾ ਅਸੀਂ ਕੀਤਾ ਕਿਹੜੀ ਭੈਣ ਨਹੀਂ ਜਾਊਗੀ ਕਿ ਉਹਦਾ ਬ੍ਰਦਰ ਲਾਸਟ ਰਾਈਟ 'ਤੇ ਪੀਸਫੁਲੀ ਜਾਵੇ ਮੇਰੇ ਕੋਲ ਸਾਰੇ ਪਰੂਫਸ ਹੈ ਰੈਕਰਡ ਹੈ ਜਿਹੜੇ ਮੈਂ ਆਪਣੇ ਵਕੀਲ ਨਾਲ ਸ਼ੇਅਰ ਕਰ ਲਏ
ਉਹ ਜਦੋਂ ਰਾਈਟ ਟਾਈਮ ਹੋਊਗਾ ਅਸੀਂ ਡਿਸਕਲੋਜ਼ ਕਰ ਦਾਂਗੇ ਸਾਰੇ। ਸਰ ਆਫਕੋਰਸ ਮੇਰੀ ਸਿਸਟਰ ਹੈ, ਮੇਰੇ ਇਹਨਾਂ ਸਾਰਿਆਂ ਨੂੰ ਪਤਾ ਹੈ। ਮੈਂ ਇਹਨਾਂ ਨੂੰ ਕਿਹਾ ਸੀਗਾ ਉਹਨੇ ਛੱਡਣਾ ਨਹੀਂ ਇਹਨੂੰ, ਮੈਨੂੰ ਮੈਂ ਥੱਕ ਗਈ ਸੀ ਕਹਿ ਕੇ ਉਹਨੇ ਛੱਡਣਾ ਨਹੀਂ ਇਹਨੂੰ। ਉਹਨੇ ਪਿਛਲੇ ਸਾਲ ਮੇਰੇ ਬਹੁਤ ਕਲੋਜ਼ ਸੀਗਾ, ਅਸੀਂ ਦੋ ਦੋ ਘੰਟੇ ਤੱਕ ਉਹਨੇ ਘਰ ਦੇ ਵਿੱਚ ਉਹਨੂੰ ਮਨਾ ਹੀ ਸੀ, ਸਾਡੇ ਨਾਲ ਸਾਡਾ ਫੋਨ ਆ ਜਾਂਦਾ ਸੀ, ਘਰ 'ਚੋਂ ਬੋਲ ਨਹੀਂ ਸੀ ਸਕਦਾ ਵਿਚਾਰਾ, ਮਾਂ ਨਾਲ ਨਹੀਂ ਸੀ, ਮਾਂ ਨਾਲ ਵੀ ਨਹੀਂ ਸੀ ਕਰਨ ਦਿੰਦੀ ਸਰ। ਬਾਹਰ ਵਿਚਾਰੇ ਜਾਂਦਾ ਸੀ ਡਿਊਟੀ 'ਤੇ, ਉਦੋਂ ਫੋਨ ਕਰਦਾ ਸੀ ਮੰਮਾ ਨੂੰ, ਕਹਿੰਦਾ ਮੇਰੇ ਘਰ ਕਲੇਸ਼ ਹੁੰਦਾ। ਅਸੀਂ ਹੁਣ ਲੀਗਲ ਬੈਟਲ ਸਟਾਰਟ ਕਰਤੀ ਹੈ, ਕੀਤਾ ਸਰ, ਬਟ ਆਈ ਐਮ ਹੈਲਪਲੈਸ ਹੇਅਰ। ਕਿਸੇ ਦੇ ਘਰ ਦੇ ਵਿੱਚ ਜਾ ਕੇ ਜਦੋਂ 2 ਸਾਲ ਦੀ ਬੱਚੀ ਦੇਖਦੇ ਹਾਂ, ਉਹਦੀ ਸਰਜਰੀ ਦੇਖਦੇ ਹਾਂ, ਉਹ ਜ਼ਿਆਦਾ ਇੰਪੋਰਟੈਂਟ ਲੱਗੀ ਸਰ। ਉਹਨੂੰ ਸੀਗਾ ਕਿ ਮੈਂ ਕਰ ਲੂੰਗਾ ਸਾਰਾ ਕੁਛ, ਉਹਨੂੰ ਇੰਨਾ ਨੇ ਵਲਨਰੇਬਲ ਕਰਤਾ ਸੀਗਾ ਵੀ ਛੋਟੀ ਛੋਟੀ ਡਾਇਟ 'ਤੇ ਉਹਦਾ ਦਿਲ ਦਹਿਲਣ ਲੱਗ ਜਾਂਦਾ ਸੀਗਾ। ਫਿੱਟ ਰੱਖਦਾ ਸੀਗਾ, ਡਾਇਟ ਬਹੁਤ ਕੌਨਸ਼ੀਅਸਲੀ ਖਾਂਦਾ ਸੀਗਾ, ਬਾਹਰੋਂ ਨਹੀਂ ਸੀ ਖਾਂਦਾ, ਘਰ ਖਾਣਾ ਬਣਾ ਕੇ ਖਾਂਦਾ ਸੀ 2 ਫੁਲਕੇ। ਅੱਜ ਤੱਕ ਉਹਨੇ ਉਹਨੂੰ ਰੋਟੀ ਵੀ ਨਹੀਂ ਦਿੱਤੀ ਸੀਗੀ, ਰੋਟੀ ਵੀ ਉਹ ਕੰਮ ਵਾਲਿਆਂ ਤੋਂ ਖਾਂਦਾ ਸੀ। ਸਰ ਯੈਸ, ਸੋ ਨਾ ਲਾਸਟ ਈਅਰ ਜਦੋਂ ਮੇਜ ਮੈਂ ਆਈ ਸੀ, ਮੇਰੇ ਮਦਰ ਇਨ ਲਾਅ ਵੀ ਸੀਗੇ, ਅਸੀਂ ਗੋਲਡਨ ਟੈਂਪਲ ਗਏ ਮੱਥਾ ਟੇਕਣ। ਇਹ ਲੁਧਿਆਣੇ ਤੋਂ ਆ ਗਏ ਸੀ ਅਸੀਂ, ਮੈਂ ਆਪਣੇ ਪਿੰਡ ਮੇਰੇ ਸਹੁਰੇ ਤੋਂ ਪਿੰਡ ਤੋਂ ਸਿੱਧਾ ਚਲੇ ਗਈ ਸੀ। ਉੱਥੇ ਮਾਮਾ ਜੀ, ਮੇਰੇ ਮਾਮਾ ਜੀ ਇੱਥੇ ਹੈਗੇ ਆ, ਉਹ ਵੇਖੋ ਹੈਪੀ ਮਾਮਾ ਜੀ ਨੂੰ, ਅਸੀਂ ਸਾਰਿਆਂ ਨੂੰ ਉਹਨੇ ਕਿਹਾ, ਮੈਂ ਮਾਮਾ ਜੀ ਸੌ ਨਹੀਂ ਸਕਦਾ, ਪਤੀਲਾ ਉਹਨੇ ਖਾਣਾ ਖਾਣ ਲੱਗੀ ਸੀ, ਕਹਿੰਦਾ ਮੈਂ ਕੱਲ੍ਹ ਰਾਤ ਰੋਟੀ ਪਾਉਣ ਲੱਗਾ ਸੀ ਆਪਣੇ ਆਪ ਖਾ ਕੇ, ਉਹਨੇ ਜਿਸ ਕੁੱਕਰ 'ਚ ਸਬਜ਼ੀ ਪਈ ਸੀ ਉਹਨੇ ਕੁੱਕਰ ਹੀ ਸਿੱਟ ਤਾ। ਸਾਰੀਆਂ ਚੀਜ਼ਾਂ ਵਿੱਚ ਲਾਚਾਰ ਸੀ ਸਰ, ਲਾਚਾਰ ਸਾਡੇ। ਮੈਨੂੰ ਇਹ ਕਿਹਾ ਸੀਗਾ ਵੀ ਦੇਖ ਮੈਂ DSP ਹਾਂ, ਜੇ ਲੋਕਾਂ ਨੂੰ ਬਾਹਰ ਪਤਾ ਲੱਗੂਗਾ ਮੇਰਾ ਤਮਾਸ਼ਾ ਬਣਦਾ। ਪਰ ਬੜੀ ਹਿੰਮਤ ਕਰਕੇ, ਮੈਨੂੰ ਬੜੀ ਹਿੰਮਤ ਕਰਕੇ CP ਸਰ ਕੋਲ ਗਿਆ ਵਿਚਾਰਾ, DSP ਮਨਦੀਪ ਸਿੰਘ ਸੰਧੂ ਨੂੰ ਅਸੀਂ ਮਿਲੇ, SP ਰੁਪਿੰਦਰ ਕੌਰ ਸਰਾਂ ਨੂੰ ਮਿਲੇ, ਕਿਉਂਕਿ ਮੇਰਾ ਕੇਸ ਉਹਨਾਂ ਨੂੰ ਟੈਗ ਕਰ ਦਿੱਤਾ ਗਿਆ ਸੀ ਕੰਪਲੇਂਟ। ਉਸ ਤੋਂ ਬਾਅਦ ਉਹਨੇ ਡਿਵੋਰਸ ਇਨੀਸ਼ੀਏਟ ਕੀਤਾ, ਡਿਵੋਰਸ ਇਨੀਸ਼ੀਏਟ ਕਰਕੇ ਉਹ ਮਹੀਨਾ ਉੱਥੇ ਚੱਲ ਗਿਆ ਸੀਗਾ। ਐਂਡ ਮੇਕਸ ਔਨ ਰੈਕਡ ਸਰ, ਮੈਂ ਉੱਥੇ ਲਿਖਿਆ ਸੀ ਮੇਰਾ ਭਰਾ ਮੈਂਟਲੀ ਇੰਨਾ ਹਰਾਸਡ ਹੈ, ਇੰਨਾ ਹਰਾਸਡ, ਇੰਨਾ ਵਲਨਰੇਬਲ ਹੈ ਕਿ ਹਰ ਕਿਰਾ ਢਿੱਲਣ ਕੋ ਪਲੀਜ਼ ਇਹਨੂੰ ਕੋਂਟੈਕਟ ਨਾ ਕਰੇ, ਜੋ ਵੀ ਕੋਂਟੈਕਟ ਕਰਨਾ ਮੈਨੂੰ ਕਰੇ, ਅਤੇ ਮੈਂ ਜੋ ਵੀ ਇਹਨਾਂ ਦਾ ਬਣੂਗਾ ਸੀ ਵਿਲ ਡੂ ਇਟ ਇਨ ਦਾ ਪ੍ਰੈਜੈਂਸ ਔਫ SHO। ਉਹ ਆਪਦਾ ਗੋਲਡ ਲੈ ਕੇ ਜਾ ਚੁੱਕੀ ਸੀਗੀ, ਇਨ ਦਾ ਪ੍ਰੈਜੈਂਸ ਔਫ SHO ਸਾਰਾ ਕੁਛ ਹੋ ਗਿਆ ਸੀਗਾ। ਇਟ ਕੁਡ ਬੀ ਐਨੀਥਿੰਗ, ਡਰੱਗ ਵੀ ਹੋ ਸਕਦਾ ਹੈ, ਪੋਇਜ਼ਨ ਵੀ ਹੋ ਸਕਦਾ ਹੈ, ਕਿਸ ਐਕਸਟੈਂਟ ਤੱਕ ਕੋਈ ਜਾ ਸਕਦਾ ਹੈ ਜਸਟ ਟੂ ਅਕੋਂਪਲਿਸ਼ ਦੇਅਰ ਗੋਲ। ਗੋਲ ਤਾਂ ਸਾਹਮਣੇ ਹੈਗਾ ਹੀ ਹੈ, ਹੁਣ ਗੋਲ ਕੀ ਸੀਗਾ? ਟੂ ਗੈਟ ਦਾ ਜੋਬ। ਕਹਿੰਦੀ ਸੀ ਮੂੰਹੋਂ ਤੂੰ ਮਰੇਗਾ ਤੇਰੀ ਜੋਬ ਲਊਂਗੀ, ਤੇਰੀ ਪੈਨਸ਼ਨ ਲਊਂਗੀ। ਵਟ ਇਜ਼ ਵਟ ਐਲਸ ਇਜ਼ ਦਾ ਮੋਟਿਵ ਹੇਅਰ ਦੈਨ? ਹਰ
ਲਾਸਟ ਇਨਕੁਆਇਰੀ ਇਨਕੁਆਇਰੀ ਚਾਹੁੰਦੀ ਹਾਂ ਤੁਸੀਂ ਇਨਕੁਆਇਰੀ ਹੋ ਮੈਂ ਐਗਜ਼ੈਕਟਲੀ ਚਾਹੁੰਦੀ ਹਾਂ ਕਿ ਇਨਵੈਸਟੀਗੇਸ਼ਨ ਫੁੱਲ ਡਿਸ ਇਨਵੈਸਟੀਗੇਸ਼ਨ ਹੋਵੇ ਇਸ ਕੇਸ 'ਚ 6 ਸਾਲ ਤੋਂ ਉਹਦੇ ਨਾਲ ਗਨਮੈਨ ਵੀ ਸੀਗੇ ਉਹਦੇ ਨਾਲ ਬਹੁਤ ਪੁਲਿਸ ਆਫਿਸਰ ਸੀਗੇ ਇਨ ਲਾਈਵ ਵਿਟਨੈਸ ਤਾਂ ਅਸੀਂ ਹਾਂ ਵੀ ਹੈਵ 10 ਲਾਈਵ ਵਿਟਨੈਸਿਸ ਜਿਹੜੇ ਦੱਸਣ ਗਵਾਹੀ ਦੇਣ ਨੂੰ ਤਿਆਰ ਬੈਠੇ ਆ ਆਈ ਹੈਵ ਪਰੂਫਸ ਟੈਕਸਟ ਮੈਸੇਜਿਸ ਨਾਟ ਓਨਲੀ ਦੈਟ ਸਰ ਮੈਂ 25 ਨੂੰ ਲੈਂਡ ਹੋਈ ਹਾਂ 26 ਨੂੰ ਮੈਨੂੰ ਥਰੈਟ ਆਈ ਆ ਵਰਬੋ ਤੂੰ ਆ ਉਹ ਬਣਾ ਅਤੇ ਜਾ ਭੁੱਲੀ ਨਾ ਤੇਰੇ 2 ਬੱਚੇ ਇੱਥੇ US ਰਹਿੰਦੇ ਆ ਆਈ ਕੰਟੈਕਟਡ US ਐਮਬੈਸੀ ਐਜ਼ ਅ US ਸਿਟੀਜ਼ਨ ਉਹਨਾਂ ਨੂੰ ਨੋਟੀਫਾਈ ਕਰ ਦਿੱਤਾ ਗਿਆ ਦੇ ਸੈਡ ਡੋਂਟ ਵਰੀ ਇਟਸ ਔਨ ਦਾ ਰੈਕਡ ਦੈਟ ਪ੍ਰੋਟੈਕਸ਼ਨ ਇਜ਼ ਦੇਅਰ ਸਾਨੂੰ ਆਪਦੀ ਵੀ ਪ੍ਰੋਟੈਕਸ਼ਨ ਚਾਹੀਦੀ ਹੈ ਠੀਕ ਹੈ ਕਿਉਂਕਿ ਅਸੀਂ ਆਲਰੇਡੀ ਫਾਲਸਲੀ ਐਕਿਊਜ਼ਡ ਹੋਏ ਹਾਂ ਪਰ ਠੀਕ ਹੈ ਪੁਲਿਸ ਵਾਸ ਵਿਦ ਅਸ ਐਟ ਦ ਟਾਈਮ ਬਟ ਟੂਡੇ ਮਾਈ ਬ੍ਰਦਰ ਇਜ਼ ਨਾਟ ਇਨ ਦ ਵਰਲਡ ਐਨੀ ਮੋਰ ਸੋ ਆਈ ਡੋਂਟ ਨੋ ਵਟ ਟੂ ਨੋਟ ਐਂਡ ਨੋਟ ਬਟ ਵਟ ਆਈ ਵਾਂਟ ਵਟ ਮਾਈ ਹੋਲ ਫੈਮਿਲੀ ਵਾਂਟ ਇੱਕ ਫੁੱਲ ਫਲੈਜ ਇਨਵੈਸਟੀਗੇਸ਼ਨ ਬੇਸਡ ਔਨ ਜੋ ਮੈਂ ਤੁਹਾਨੂੰ ਅੱਜ ਦੱਸਿਆ ਜਦੋਂ ਤੁਹਾਨੂੰ ਪਰੂਫ ਚਾਹੀਦੇ ਮੈਂ ਡਿਸਕਲੋਜ਼ ਕਰੂੰਗੀ ਵਿਦ ਦਾ ਕੰਸਲਟੇਸ਼ਨ ਆਫ ਮਾਈ ਲੋਇਰ ਇਹ ਹੋਊਗਾ ਬਿਕਾਜ਼ ਇਟਸ ਅ ਬੈਟਲ ਲੀਗਲ ਬੈਟਲ ਹੈ ਇਟ ਮੇ ਪ੍ਰੋਲੋਂਗ ਬਟ ਵੀ ਵਿਲ ਨਾਟ ਸਿਟ ਲਾਈਕ ਦਿਸ ਥੈਂਕ ਯੂ